पिंड पंजाबी चैनल दी टीम आज तुहानू विखा रही है ज़िला साईवाल दा पिंड चक नंबर 185-9L अराइयां वाला। एक एहो जिहा पिंड जिथे जाके बंदे नूं दिलों खुशी दा एहसास हुंदा है ते इंज लगदा है जिवें वाकया ही वसदे लोकां विच आ गया होवे। अराई बरादरी के इस पिंड विच्चों कुछ लोगों ने आलमी सतह ते ना कमाया ते दूजे पासे आम लोगों ने पिंड की खुशहाली विच अपना हिस्सा पाया। साईवाल तो 27 किलोमीटर ते हड़प्पा स्टेशन तो 3 किलोमीटर दूर नाईवाला बंगला रोड ते वसे इस पिंड दा असल रकबा 80 मुरबे है, पर बाद विच खरीदी गई जमीना दी वजह तो एथों दे लोकां दी मलकियत हुण 125 मुरबे जमीन तो वध हो चुकी है। किसी जमाने विच चक नंबर 185-9L दी एक ही आबादी हुंदी सी जिन्हों डायरैक्टर लैंड अलॉटमेंट चौधरी अता मुहम्मद ने 1 किलोमीटर दे फर्क नाल 2 आबादियां विच तकसीम करवाया ते एक आबादी दा नां चक 185-9L सिखां वाली ते दूजी आबादी दा नां चक 185-9L अराइयां वाली रख्या। वेले दे नाल नाल ए दोवें अपनी अपनी थां ते पिंड बन गए। ਉੱਨੀ ਸੌ ਸੰਤਾਲੀ ਜ਼ਿਲ੍ਹਾ ਜਲੰਧਰ ਦੇ 4 ਵੱਖੋ-ਵੱਖ ਪਿੰਡਾਂ ਮਹਾਦੀਪੁਰ, ਬਰਾਣੀਆਂ, ਅਮਲੀਵਾਲ ਅਤੇ ਪੌਣਪੁਰ ਤੋਂ ਆਰਾਈ ਬਰਾਦਰੀ ਦੇ ਲੋਕ ਆ ਕੇ ਇਸ ਥਾਂ 'ਤੇ ਆਬਾਦ ਹੋਏ। ਪਿੰਡ ਦੀਆਂ ਦੋਵੇਂ ਨੰਬਰਦਾਰੀਆਂ ਹੁਣ ਅਰਾਈਆਂ ਕੋਲ ਹੀ ਨੇ। ਪਿੰਡ ਵਿੱਚ ਝਾਤੀ ਪਾਉਂਦਿਆਂ ਹੀ ਆਪਣੀ ਮਿਸਾਲ ਆਪ ਅਤੇ ਸ਼ਾਨਦਾਰ ਮਸਜਿਦ 'ਤੇ ਨਿਗਾਹ ਪੈਂਦੀ ਹੈ। ਇਸ ਮਸਜਿਦ ਦਾ ਨਕਸ਼ਾ ਅਤੇ ਸੁਣੱਪ ਵੇਖ ਕੇ ਯਕੀਨ ਨਹੀਂ ਹੁੰਦਾ ਕਿ ਇਹ ਇੱਕ ਪਿੰਡ ਵਿੱਚ ਬਣੀ ਹੋਈ ਮਸਜਿਦ ਹੈ।
ਅੱਲਾ ਸੋਹਣੇ ਦੇ ਸੋਹਣੇ ਘਰ ਦੀ ਤਮੀਰ ਬਾਰੇ ਦੱਸਿਆ ਜਾਂਦਾ ਹੈ ਕਿ ਇਸ ਮਸਜਿਦ ਨੂੰ ਬਣਾਉਣ ਵਿੱਚ ਪਿੰਡ ਦੇ ਲੋਕਾਂ ਨੇ ਇੰਨਾ ਵੱਧ ਚੜ੍ਹ ਕੇ ਹਿੱਸਾ ਲਿਆ ਕਿ ਵੇਖਣ ਵਾਲੇ ਹੈਰਾਨ ਰਹਿ ਗਏ। ਮਸਜਿਦ ਦਾ ਬੈਰੂਨੀ ਹਿੱਸਾ ਅਤੇ ਮੇਨ ਹਾਲ ਖਾਸ ਤੌਰ 'ਤੇ ਵੇਖਣ ਨਾਲ ਤਾਲੁੱਕ ਰੱਖਦਾ ਹੈ। ਚੱਕ ਨੰਬਰ 185 ਨੌ ਐਲ ਅਰਾਈਆਂ ਵਾਲਾ ਦੇ ਮਸ਼ਹੂਰ ਲੋਕਾਂ ਬਾਰੇ ਗੱਲ ਕੀਤੀ ਜਾਏ ਤਾਂ ਸਭ ਤੋਂ ਪਹਿਲੇ ਪਾਕਿਸਤਾਨ ਦੀ ਕੌਮੀ ਹਾਕੀ ਟੀਮ ਦੇ ਗੋਲਕੀਪਰ ਕਮਰ ਜ਼ਿਆਦਾ ਨਾਂ ਆਉਂਦਾ ਹੈ, ਜੋ 1978 ਅਰਜਨਟੀਨਾ ਵਰਲਡ ਕੱਪ ਜਿੱਤਣ ਵਾਲੀ ਕੌਮੀ ਹਾਕੀ ਟੀਮ ਦੇ ਗੋਲਕੀਪਰ ਸਨ। ਜਨਾਬ ਕਮਰ ਜ਼ਿਆ ਅੱਜ ਕੱਲ੍ਹ ਇਸ ਪਿੰਡ ਵਿੱਚ ਆਪਣੀ ਜ਼ਮੀਨ 'ਤੇ ਵਾਈ ਬੀ ਜੀ ਕਰਵਾ ਰਹੇ ਨੇ। 2008 ਦੇ ਇਲੈਕਸ਼ਨ ਵਿੱਚ ਪੰਜਾਬ ਅਸੈਂਬਲੀ ਦੇ ਮੈਂਬਰ ਮੁੰਤਖਬ ਹੋਣ ਵਾਲੇ ਹਫੀਜ਼ ਅਖਤਰ ਚੌਧਰੀ ਵੀ ਚੱਕ ਨੰਬਰ 185 ਨੌ ਐਲ ਦੇ ਹੀ ਰਹਿਣ ਵਾਲੇ ਨੇ, ਜਿਨ੍ਹਾਂ ਨੇ ਇਸ ਇਲਾਕੇ ਵਿੱਚ ਤਰੱਕੀ ਦੇ ਬਹੁਤ ਸਾਰੇ ਕੰਮ ਕਰਵਾਏ। ਬੀਤੇ ਵੇਲਿਆਂ ਨੂੰ ਯਾਦ ਕਰੀਏ ਤਾਂ ਇੱਥੋਂ ਦੇ ਸਿਰ ਕੱਢਵੇਂ ਲੋਕਾਂ ਵਿੱਚੋਂ ਚੌਧਰੀ ਇਕਰਾਮ, ਚੌਧਰੀ ਅਲੀ ਮੁਹੰਮਦ, ਚੌਧਰੀ ਗਫੂਰ ਅਤੇ ਚੌਧਰੀ ਸ਼ਫੀਕ ਐਡਵੋਕੇਟ ਦਾ ਨਾਂ ਹਮੇਸ਼ ਯਾਦ ਰੱਖਿਆ ਜਾਏਗਾ। ਚੱਕ ਵਿੱਚ ਕੁੜੀਆਂ ਦਾ ਹਾਈ ਸਕੂਲ ਕਾਇਮ ਹੈ, ਜਿੱਥੇ ਹੁਣ ਹਾਇਰ ਸੈਕੰਡਰੀ ਜਮਾਤਾਂ ਵੀ ਪੜ੍ਹਾਈਆਂ ਜਾ ਰਹੀਆਂ ਨੇ। ਮੁੰਡਿਆਂ ਦਾ ਸਕੂਲ ਵੀ ਮਿਡਲ ਤੱਕ ਹੈ, ਪਰ ਪਿੰਡ ਦੇ ਲੋਕਾਂ ਮੁਤਾਬਕ ਇੱਥੇ ਵੀ 10ਵੀਂ ਤੱਕ ਜਮਾਤਾਂ ਬਹਿਣੀਆਂ ਸ਼ੁਰੂ ਹੋ ਗਈਆਂ ਨੇ ਅਤੇ ਇਹਦੇ ਨਾਲ ਨਾਲ ਪ੍ਰਾਈਵੇਟ ਸੈਕਟਰ ਦਾ HTM ਹਾਈ ਸਕੂਲ ਵੀ ਪਿੰਡ ਵਿੱਚ ਤਾਲੀਮ ਦਾ ਚਾਨਣ ਵਧਾਉਣ ਲਈ ਆਪਣਾ ਕਿਰਦਾਰ ਅਦਾ ਕਰ ਰਿਹਾ ਹੈ। ਚੱਕ ਦੇ ਕੁਝ ਲੋਕ ਰੋਜ਼ੀ ਰੋਟੀ ਕਮਾਉਣ ਪਰੋਂ ਮੁਲਕ ਤੋਂ ਬਾਹਰ ਗਏ ਹੋਏ ਨੇ, ਜਦਕਿ ਪਿੰਡ ਦੇ ਬਾਹਲੇ ਲੋਕ ਜ਼ਮੀਨਾਂ ਅਤੇ ਵਾਈ ਬੀਜੀ ਨਾਲ ਜੁੜੇ ਹੋਏ ਨੇ। ਉਮੀਦ ਕਰਦੇ ਹਾਂ ਕਿ ਵੇਖਣ ਵਾਲਿਆਂ ਨੂੰ ਸਾਡੀ ਅੱਜ ਦੀ ਡਾਕੂਮੈਂਟਰੀ ਪਸੰਦ ਆਈ ਹੋਣੀ ਹੈ। ਜੇਕਰ ਤੁਸੀਂ ਸਾਡੇ ਨਾਲ ਰਾਬਤਾ ਕਰਨਾ ਚਾਹੁੰਦੇ ਹੋ ਤਾਂ ਸਕਰੀਨ 'ਤੇ ਦਿੱਤੇ ਗਏ ਵਟਸਐਪ ਨੰਬਰ 'ਤੇ ਮੈਸੇਜ ਕਰੋ।